ਅਸਲਾਮੁਅਲੈਕਮ ਜੀ, ਮਾੜਾ ਨਾਂ ਹਾਜੀ ਰਮਜ਼ਾਨ ਆ। ਮੈਂ 34 ਸਾਲ ਤੋਂ ਬਰੀ ਸਰਕਾਰ ਡਿਊਟੀ ਕਰਨਾ ਪਿਆ। ਬਰੀ ਸਰਕਾਰ ਨੇ ਅਪਰ ਕਾਰ ਪਰ ਚਿਲਾ ਕੱਟਿਆ 12 ਸਾਲ। ਉੱਥੇ ਲੋਕ ਜਾਣੇ ਦੁਆ ਕਰਨੇ ਦੇਖਣੇ, ਔਰ ਸੰਡਾ ਪੱਥਰ 12 ਮੀਲ ਇੱਥੋਂ ਦੂਰ ਆ, ਉੱਥੇ ਸੰਡਾ ਪੱਥਰ ਆ, ਉੱਥੇ ਵੀ ਲੋਕ ਜਾਣੇ। ਜਿਹੜੇ ਲੋਕ ਆਉਣੇ ਇੱਥੇ ਸਰਕਾਰ ਨੇ ਕੋਈ ਲਾਦੀ ਹਸਤੇ ਆਉਣੇ, ਦੁਆ ਕਰਨੇ ਉਹਨਾਂ ਦੀ ਪੂਰੀ ਹੋਣੀ। ਜਿਹੜੀ ਜਿਹੜੀ ਲੋਕ ਮੁਰਾਦ ਮੰਗਣੇ ਬੜੀ ਸਰਕਾਰ ਨੇ, ਅਸਲੇ ਉਹ ਦੁਆ ਕਰਨੇ ਉਹਨਾਂ ਦੀ ਮੁਰਾਦ ਪੂਰੀ ਹੋਣੀ। ਪਰ ਬਾਹਰ ਦੇ ਜਿਹੜੇ ਲੋਕ ਸਰਕਾਰ ਨੇ ਅਸਲੇ ਕੋਈ ਚਾਦਰ ਲੈ ਕੇ ਆਉਣਾ, ਚਾਦਰ ਪੇਸ਼ ਕਰਨਾ, ਚਾਦਰ ਪਾਈ ਹੋਣੀ, ਕੋਈ ਵੱਖਰਾ ਲੈ ਕੇ ਆਉਣਾ, ਉਸਨੇ ਤਾਂ ਦੁਆ ਕਰਨੀ ਪੈਣੀ। ਫਿਰ ਜਿਹੜਾ ਸਰਕਾਰ ਨਾਲ ਜ਼ਰੀਨ ਚ ਅਗਰ ਕੋਈ ਸਖਤ ਵੀ ਹੋਇਆ ਤਾਂ ਫਿਰ ਵੀ ਉਸਨੇ ਨਾ ਸਤਾਵਨ ਕਰਨੇ, ਕਿਉਂਕਿ ਸਰਕਾਰ ਨੇ ਮਹਿਮਾਨਾਂ ਨਾਲ ਅਸੀਂ ਤਾਵਨ ਕਰਨੇ। 34-35 ਸਾਲ ਤੋਂ ਮੈਂ ਸਰਕਾਰ ਨੇ ਦਰਬਾਰ ਡਿਊਟੀ ਕਰਨਾ ਹੈ। ਮੈਂ ਜਿਸ ਦਾ ਦਰਬਾਰ ਤਾਂ ਗਿਆ, ਮਰ ਬਰੀ ਸਰਕਾਰ ਨੇ ਦਰਬਾਰ ਦਾ ਮੀ ਸਕੂਨ ਆ, ਔਰ ਮੈਂ ਹਰ ਸਕੂਨ ਇੰਨਾ ਰਹਿਣਾ ਜਿਹੜਾ ਬਰੀ ਸਰਕਾਰ ਨੇ ਦਰਬਾਰ ਅਸਲਾਂ ਤੋਂ ਮੈਨੂੰ ਸਕੂਨ ਹੋਈ ਜਾਂਦਾ। ਲਾਹੌਰ ਤੋਂ ਆਉਣੇ, ਕਰਾਚੀ ਤੋਂ ਆਉਣੇ, ਇੰਗਲੈਂਡ ਤੋਂ ਆਉਣੇ, ਗੁਜਰਾਲੇ ਤੋਂ ਆਉਣੇ, ਮਰੀ ਤੋਂ ਆਉਣੇ, ਕੋਟੇ ਤੋਂ, ਪਿਸ਼ਾਵਰ ਤੋਂ, ਬੜੇ ਬੜੇ ਦੂਰ ਤੋਂ ਦੁਨੀਆ ਆਉਣੀ। ਕੁੱਲੂ ਅੱਲਾ ਹੀ ਮੰਗੀਦਾ ਅਤੇ ਬਸ ਜਿਸ ਤਰ੍ਹਾਂ ਨਾਲ ਜ਼ਿੰਦਗੀ ਗੁਜ਼ਾਰੀ ਆ ਅਤੇ ਅੱਲਾ ਬਸ ਉਸ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਗੁਜ਼ਾਰਨੇ ਨੂੰ ਤੋਫੀਕ ਅਤਾ ਕਰੇ ਨੇ। ਅਤੇ ਇਹੀ ਦੁਆ ਮੰਗੀਦਾ ਕਿ ਅੱਲਾ ਬਸ ਗੁਨਾਹਾਂ ਨੂੰ ਬਚਾਵੇ ਅਤੇ ਪਾਕਿਸਤਾਨ ਨੇ ਅੱਲਾ ਖੈਰ ਕਰੇ ਅਤੇ ਇਸ ਤਰ੍ਹਾਂ ਇਹਨਾਂ ਨੇਕਾਂ ਜ਼ਿੰਦਗੀ ਗੁਜ਼ਾਰੀ, ਮੁਹੱਬਤ ਨਾਲ ਪੈਗਾਮ ਪੂਰੀ ਦੁਨੀਆ ਨੇ ਅੰਦਰ ਪਹੁੰਚਾਇਆ ਨੇ। ਅਤੇ ਅੱਲਾ ਸਾਨੂੰ ਵੀ ਸਾਰਿਆਂ ਨਾਲ ਮੁਹੱਬਤ ਕਰਨੇ ਨੂੰ ਤੋਫੀਕ ਅਤਾ ਫਰਮਾਵੇ ਅਤੇ ਜਿਹੜੀ ਦੁਨੀਆ 'ਤੇ ਨਫ਼ਰਤਾਂ ਨੇ ਅੱਲਾ ਉਹਨਾਂ ਨੂੰ ਖਤਮ ਕਰ ਦੇ। ਅਤੇ ਬਸ ਇਹੀ ਦੁਆ ਕਰਨੀ। ਹੋਰ ਤਕਰੀਬਨ 2014 ਤੋਂ ਹਜ਼ਰਤ ਬਰੀ ਸਰਕਾਰ ਨਾਲ ਮੈਂ ਵਾਬਸਤਾ ਹਾਂ, ਔਰ ਅਲਹਮਦੁਲਿਲਾ ਹਾਜ਼ਰੀ ਦਾ ਸ਼ਰਫ ਵੀ ਹੁੰਦਾ ਰਹਿੰਦਾ, ਔਰ ਬਸ ਅੱਲਾ ਦੀ ਰਹਿਮਤ ਹੀ ਇੱਥੋਂ ਮੰਗਦੇ ਹਾਂ। ਅੱਲਾ ਤਾਲਾ ਦੇ ਇਹਨਾਂ ਪਿਆਰਿਆਂ ਦਾ ਰਸਤਾ ਜਿਸ ਦੇ ਜ਼ਰੀਏ ਇਹਨਾਂ ਨੇ ਆਪਣੇ ਰੱਬ ਨੂੰ ਪਹਿਚਾਣਿਆ, ਬਸ ਇਸੇ ਕੋਸ਼ਿਸ਼ ਵਿੱਚ ਇਸੇ ਦੁਆ ਵਿੱਚ ਆਉਂਦੇ ਹਾਂ ਕਿ ਅੱਲਾ ਤਾਲਾ ਸਾਨੂੰ ਵੀ ਇਹਨਾਂ ਫਕੀਰਾਂ ਦਾ ਰਸਤਾ ਅਤਾ ਫਰਮਾਏ, ਔਰ ਜਿਸ ਰੱਬ ਦੀ ਖਾਤਰ ਇਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਇਹਨਾਂ ਜੰਗਲਾਂ ਵਿੱਚ ਆ ਕੇ ਇਹਨਾਂ ਨੇ ਇੱਕ ਮੰਗਲ ਆਬਾਦ ਕੀਤਾ, ਯਾਨੀ ਦੁਨੀਆ ਇੱਥੇ ਆਬਾਦ ਹੈ ਬਰੀ ਸਰਕਾਰ ਦੇ ਉਸ ਇਬਾਦਤ ਦੀ ਬਰਕਤਾਂ, ਜਿਹੜੀ ਆਪਨੇ ਜੰਗਲਾਂ ਵਿੱਚ ਬਹਿ ਕੇ ਬਤੌਰ ਚਿੱਲਾ ਆਪਣੇ ਰੱਬ ਨੂੰ ਯਾਦ ਕੀਤਾ। ਅੱਜ ਉਸ ਯਾਦ ਦੇ ਸਦਕੇ ਤੁਸੀਂ ਦੇਖ ਰਹੇ ਹੋ ਕਿ ਪੂਰਾ ਬਰੀ ਸਰਕਾਰ, ਜਿੱਥੇ ਬਰੀ ਬਾਦਸ਼ਾਹ ਅਕੇਲੇ ਆਏ ਸਨ, ਅਤੇ ਅੱਜ ਸਾਰੀ ਦੁਨੀਆ ਇੱਥੇ ਆਬਾਦ ਹੈ, ਕਈ ਹਜ਼ਾਰਾਂ ਖਾਨਦਾਨ ਆਬਾਦ ਨੇ, ਔਰ ਦਿਨ ਰਾਤ ਇੱਥੇ ਸਰਕਾਰ ਦਾ ਲੰਗਰ ਵੀ ਚੱਲ ਰਿਹਾ। ਮੈਂ ਸਾਹੀਵਾਲ ਤੋਂ ਆਇਆ ਵਾਂ ਅਤੇ ਪਿੰਡੀ ਦੇ ਵਿੱਚ ਜੋਬ ਕਰਨਾ ਵਾ, ਅਤੇ ਅੱਜ ਹਾਜ਼ਰੀ ਦੇਣ ਆਏ ਹਾਂ। ਪਹਿਲੀ ਦਫ਼ਾ ਹੀ ਮਾਂ ਬਰੀ ਸਰਕਾਰ ਦਾ ਨਾਮ ਸੁਣਿਆ ਸੀ, ਅਸੀਂ ਕਿਹਾ ਚਲੋ ਜ਼ਿਆਰਤ ਹੀ ਕਰਕੇ ਆਈਏ। ਅਤੇ ਸਾਡਾ ਮਕਸਦ ਇਹ ਹੀ ਹੈ ਕਿ ਅੱਲਾ ਤਾਲਾ ਸਾਨੂੰ ਕਾਮਯਾਬ ਕਰੇ, ਕਰੋਨਾ ਦੀ ਜਿਹੜੀ ਵਬਾ ਫੈਲੀ ਹੋਈ ਹੈ ਅੱਲਾ ਤਾਲਾ ਸਭ ਨੂੰ ਸ਼ਫਾ ਦੇ, ਬਸ ਇਸ ਹਾਸੇ ਦੁਆ ਕਰਨਾ ਹੈ।